ਸਰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਲਗਭਗ 200 ਸਕੂਲ ਇੱਦਾਂ ਦੇ ਨੇ ਜਿੱਥੇ ਪ੍ਰਾਈਵੇਟ ਸਕੂਲਾਂ ਦੇ ਵਾਂਗ ਸਿਰਫ ਪੀਲੇ ਰੰਗ ਦੀ ਬੱਸ, ਜੋ ਆਪ ਜੀ ਦਾ ਸੁਪਨਾ ਸੀ ਸਰ, ਉਹ 118 ਸਕੂਲ ਆਫ ਫੈਮੀਨੈਂਸ ਅਤੇ ਪਲੱਸ ਕੁੜੀਆਂ ਦੇ ਸਕੂਲ, ਅੱਜ ਉਹ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ ਸਰ। 5000 ਤੋਂ ਵੱਧ ਬੱਚੇ ਸਾਡੇ ਸਰਕਾਰੀ ਬਿਲਕੁਲ ਫ੍ਰੀ ਜਿਹੜੀ ਬੱਸ ਸੁਵਿਧਾ ਦਾ ਲਾਭ ਲੈ ਰਹੇ ਆ ਸਰ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੰਨੇ ਵੀ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੇ 500 ਤੋਂ ਵੱਧ ਬੱਚੇ ਆ, ਜਿੱਥੇ ਸਿਕਿਉਰਿਟੀ ਗਾਰਡ ਹੈ, ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ ਸਿਕਿਉਰਿਟੀ ਗਾਰਡ ਆ ਸਕਦਾ ਸਰ। ਅੱਜ ਪੰਜਾਬ ਦੇ ਜਿੰਨੇ ਵੀ ਸੀਨੀਅਰ ਸੈਕੰਡਰੀ ਸਕੂਲ ਹੈ ਉਹਨਾਂ ਦੇ ਵਿੱਚ ਸਰ ਆਪ ਜੀ ਦੀ ਰਹਿਨੁਮਾਈ ਹੇਠ ਕੈਂਪਸ ਮੈਨੇਜਰ ਨੇ, ਅੱਗੇ ਸਾਡੇ ਟੀਚਰ ਸਾਹਿਬਾਨਾਂ ਨੂੰ ਹੀ ਸਾਰਾ ਕੰਮ ਕਰਨਾ ਪੈਂਦਾ ਸੀ, ਹੁਣ ਕੈਂਪਸ ਮੈਨੇਜਰ ਹੈ ਸਰ ਸਾਰੇ 2000 ਸਕੂਲਾਂ ਦੇ ਵਿੱਚ, ਜਿਨ੍ਹਾਂ ਦਾ ਸਿਰਫ ਇਕਲੌਤਾ ਕੰਮ ਇਹ ਹੈ ਕਿ ਸਕੂਲ ਦੀ, ਕਲਾਸਰੂਮ ਦੀ, ਪਲੇਗਰਾਊਂਡ ਦੀ ਦੇਖਭਾਲ ਕਰਨਾ ਸਰ। ਸਰ ਕਲਪਨਾ ਕਰਕੇ ਦੇਖੋ ਕਿਸੇ ਇੱਕ ਸਕੂਲ ਦੇ ਵਿੱਚ ਸਫਾਈ ਅਤੇ ਸਕੂਲ ਨੂੰ ਸਾਫ਼ ਰੱਖਣ ਲਈ 1 ਰੁਪਏ ਦਾ ਫੰਡ ਨਹੀਂ ਸੀ ਸਰ। ਸਰ ਅੱਜ ਪੰਜਾਬ ਦਾ ਹਰ ਇੱਕੋ ਸਕੂਲ ਜਿੱਥੇ 100 ਤੋਂ ਵੱਧ ਬੱਚੇ ਪੜ੍ਹਦੇ ਆ ਉਸਨੂੰ 3000 ਰੁਪਏ ਮਹੀਨਾ ਮਿਲਦਾ ਸਕੂਲ ਦੀ ਸਾਂਭ ਅਤੇ ਸੰਭਾਲ ਦੇ ਲਈ। ਜਿੱਥੇ ਬੱਚੇ ਸਰ 500 ਤੋਂ ਵੱਧ ਹੈ ਉੱਥੇ 5000, ਜਿੱਥੇ ਬੱਚੇ 1000 ਤੋਂ ਵੱਧ ਹੈ ਉੱਥੇ 10000, ਅਤੇ ਇੱਦਾਂ ਦੇ ਸਕੂਲ ਵੀ ਹੈ ਜਿਨ੍ਹਾਂ ਨੂੰ ਸਰ 50000 ਪ੍ਰਤੀ ਮਹੀਨਾ ਮਿਲ ਰਿਹਾ ਸਕੂਲ ਦੀ ਰੱਖ ਰਖਾਅ ਲਈ, ਜਦੋਂ ਪਹਿਲਾਂ 1 ਵੀ ਪੈਸਾ ਨਹੀਂ ਮਿਲਦਾ। 8000 ਸਕੂਲਾਂ 'ਚ 4 ਦੀਵਾਰੀ, ਜਿਹਦੀ ਰਨਿੰਗ ਲੈਂਥ 1400 ਕਿਲੋਮੀਟਰ ਤੋਂ ਵੱਧ ਬਣਦੀ ਹੈ ਸਰ, ਜੇ ਸਿੱਧੀ ਦੀਵਾਰ ਬਣਾ ਦਈਏ ਤਾਂ 1400 ਕਿਲੋਮੀਟਰ ਲੰਬੀ ਬਾਉਂਡਰੀ ਵਾਲ ਸਰ। ਕਲਾਸਰੂਮ ਸਰ ਰਿਕਾਰਡ ਕਲਾਸਰੂਮ, ਅਤੇ ਮੈਨੂੰ ਇਹ ਗੱਲ ਸੋਚ ਕੇ ਬਾਰ ਬਾਰ ਹੈਰਾਨੀ ਹੁੰਦੀ ਹੈ, ਪਤਾ ਨਹੀਂ ਕਿਉਂ ਇੱਕ ਇੱਦਾਂ ਦਾ ਮਾਹੌਲ ਬਣਾਇਆ ਗਿਆ ਸੀ ਸਿੱਖਿਆ ਮਹਿਕਮੇ ਦੇ ਪ੍ਰਤੀ ਕਿ ਜੀ ਧਰਨੇ ਵਾਲਾ ਮਹਿਕਮਾ। ਮੈਨੂੰ ਅੱਜ 2.5 ਸਾਲ ਹੋ ਗਏ, ਮੇਰਾ ਤੀਜਾ ਅਧਿਆਪਕ ਦਿਵਸ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਇਸ ਤੋਂ ਪਿਆਰਾ, ਇਸ ਤੋਂ ਪਵਿੱਤਰ ਅਤੇ ਇਸ ਤੋਂ ਵੱਧ ਕੰਮ ਕਰਨ ਵਾਲਾ ਕੋਈ ਮਹਿਕਮਾ ਨਹੀਂ ਹੈ। ਜੋ ਇੱਜ਼ਤ, ਜੋ ਮਾਨ ਮੈਨੂੰ ਮੇਰੇ ਟੀਚਰ ਸਾਹਿਬਾਨਾਂ ਨੂੰ ਦਿੱਤਾ, ਮੈਨੂੰ ਕੋਈ ਦਿੱਕਤ ਨਹੀਂ ਹੈ। ਚਾਹੇ ਹਰ ਯੂਨੀਅਨ ਦੇ ਨਾਲ ਜਦੋਂ ਤੁਸੀਂ ਉਹਨਾਂ ਦੀ ਗੱਲ ਸੁਣੋਗੇ, ਦਿੱਕਤ ਇਹ ਸੀ ਕਿ ਰਾਫਤਾ ਹੀ ਬਹੁਤ ਸੀ ਸਰ, ਕਦੀ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਜਾਂਦੀ ਸੀ। ਅਸੀਂ ਪਹਿਲੇ ਸਾਲ ਹੀ ਆਪ ਜੀ ਨੇ ਉਹ ਕਦਮ ਕਰਕੇ ਦਿਖਾਇਆ ਜਿਹੜੇ ਟੀਚਰਸ 3500 ਰੁਪਇਆ, ਕਿੰਨਾ ਸ਼ਰਮਸਾਰ ਸੀ ਕਿ ਕਿਸੇ ਮਾਲ ਦਾ ਜਿਹੜਾ ਸਿਕਿਉਰਿਟੀ ਗਾਰਡ ਉਹ ਵੀ ਪੈਸੇ ਵੱਧ ਲੈਂਦਾ, ਪਰ ਸਾਡਾ ਅਧਿਆਪਕ 3500-6000। ਅੱਜ ਦਾਅਵੇ ਨਾਲ ਅੱਜ ਮਨ ਨੂੰ ਸਕੂਨ ਹੈ ਕਿ ਅੱਜ ਉਹ 18,000-20,000-25,000 ਤਨਖਾਹ ਲੈ ਰਹੇ ਹੈ। ਉਹਨਾਂ ਨੂੰ ਵੀ ਲੱਗਦਾ ਕਿ ਅੱਜ ਤੱਕ ਹਮੇਸ਼ਾ ਉਹ ਧਰਨੇ, ਉਹ ਕਹਿੰਦੇ ਸੀ ਅਸੀਂ ਧਰਨੇ ਲਾਉਂਦੇ ਸੀ ਭੁੱਖ ਹੜਤਾਲਾਂ 'ਤੇ ਬੈਠਦੇ ਸੀ ਪੱਕੇ ਹੋਣ ਲਈ, ਪਰ ਸਾਨੂੰ ਪਤਾ ਸੀ ਅੰਦਰੋਂ ਅਸਲੀ ਮੰਗ ਤਾਂ ਸੀ ਹੁੰਦਾ ਸੀ ਕਿ 500-700 ਰੁਪਏ ਤਨਖਾਹ ਵੱਧ ਜਾਵੇ, 3000 ਤੋਂ 3500 ਹੋ ਜਾਵੇ। ਪਰ ਅੱਜ ਪਹਿਲੀ ਵਾਰੀ ਇਹ ਅੱਜ ਉਹਨਾਂ ਨੂੰ ਮਾਣ ਵੀ ਹੈ, ਅਤੇ ਇਹ ਵੀ ਕਿੰਨਾ ਸ਼ਰਮਸਾਰ ਸੀ ਕਿ ਅਸੀਂ 10-12 ਸਾਲ ਉਹਨਾਂ ਤੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਰਹੇ, ਪਰ ਕਿਸੇ ਸਰਕਾਰ ਨੇ ਉਹਨਾਂ ਨੂੰ ਸਨਮਾਨ ਨਹੀਂ ਕੀਤਾ। ਪਿਛਲੇ ਸਾਲ ਮੁੱਖ ਮੰਤਰੀ ਸਾਹਿਬ ਨੇ ਸਿਰਫ ਉਹਨਾਂ ਨੂੰ ਪੱਕੇ ਨਹੀਂ ਕੀਤਾ, ਤਨਖਾਹ ਨਹੀਂ ਵਧਾਈ, ਇੱਥੋਂ ਤੱਕ ਜਿਹੜੇ ਸਟੇਟ ਟੀਚਰ ਅਵਾਰਡ ਹੁੰਦੇ ਉਹਨਾਂ ਲਈ 10 ਅਵਾਰਡ ਰਿਜ਼ਰਵ ਕਰ ਦਿੱਤੇ ਕਿ ਜਿਹੜੇ ਸਾਡੇ ਉਹ ਅਧਿਆਪਕ ਜੋ ਵਾਂਝੇ ਰਹਿ ਗਏ, ਚਾਹੇ ਉਹ ਸਿੱਖਿਆ ਪ੍ਰੋਵਾਈਡਰ ਹੋਣ, ਚਾਹੇ IIT ਵਲੰਟੀਅਰਸ ਹੋਣ, ਚਾਹੇ AAU ਵਲੰਟੀਅਰਸ ਹੋਣ। ਅਤੇ ਨਾਲ ਹੀ ਅੱਜ ਜਦੋਂ ਅਧਿਆਪਕ ਦਿਵਸ ਦੇ ਉੱਤੇ ਮੈਂ ਅਧਿਆਪਕਾਂ ਨੂੰ ਸਲਿਊਟ ਕਰ ਰਿਹਾ, ਉੱਥੇ ਸਕੂਲ ਸਿਰਫ ਅਧਿਆਪਕਾਂ ਨਾਲ ਨਹੀਂ ਬਣਦਾ, ਸਕੂਲ ਦੇ ਵਿੱਚ ਬਹੁਤ ਅਹਿਮ ਯੋਗਦਾਨ ਸਾਡੇ ਸਫਾਈ ਸੇਵਕਾਂ ਦਾ, ਸਾਡੇ ਪੀਅਨਸ ਦਾ, ਸਾਡੇ ਕਲਰਕਸ ਦਾ, ਅਤੇ ਖਾਸ ਕਰਕੇ ਮਿਡ ਡੇ ਮੀਲ ਵਰਕਰਸ ਦਾ, ਉਹਨਾਂ ਨੂੰ ਵੀ ਸਲਿਊਟ ਕਰਦਾ। ਤੁਹਾਡੀ ਭੂਮਿਕਾ ਬਹੁਤ ਵੱਡੀ ਹੈ ਜੀ। ਜਦੋਂ ਆਪਾਂ ਕੋਈ ਬੂਟਾ ਲਾਉਂਦੇ ਹਾਂ ਨਾ ਜੀ, ਜਦੋਂ ਉਹ ਛੋਟਾ ਹੁੰਦਾ, ਹਜੇ ਪੁੰਗੜ ਰਿਹਾ ਹੁੰਦਾ,
ਉਹਨੂੰ ਤੁਸੀਂ ਜਿੱਦਾਂ ਦਾ ਮਰਜ਼ੀ ਆਕਾਰ ਦੇ ਦਿਓ, ਤੁਸੀਂ ਉਹਨੂੰ ਸਿੱਧਾ ਲੈ ਕੇ ਜਾਣਾ ਚਾਹੋ, ਤੁਸੀਂ ਉਹਨੂੰ ਜਿੱਦਾਂ ਦੀ ਦਿਸ਼ਾ ਦੇਣਾ ਚਾਹੋ ਪੌਦੇ ਨੂੰ, ਤੁਸੀਂ ਉਸ ਪੌਦੇ ਨੂੰ ਉਦਾਂ ਦੀ ਦਿਸ਼ਾ ਦੇ ਸਕਦੇ। ਜਦੋਂ ਉਹ ਪੌਦਾ ਦਰਖਤ ਬਣ ਗਿਆ, 5-10 ਸਾਲ ਬਾਅਦ ਉਹ ਦਰਖਤ ਬਣ ਗਿਆ, ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਉਹਨਾਂ ਮੱਥਾ ਮਾਰੀ ਜਾਓ ਕਿ ਇਸ ਨੂੰ ਕੋਈ, ਤੁਸੀਂ ਉਸ ਨੂੰ ਦਿਸ਼ਾ ਨਹੀਂ। ਤਾਂ ਆਪ ਸਭ ਦੀ ਉਹ ਭੂਮਿਕਾ, ਆਪ ਸਭ ਦੇ ਰਾਹੀਂ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ, ਪ੍ਰਾਈਵੇਟ ਸਕੂਲ, ਏਡਿਡ ਸਕੂਲ, ਈਵਨ ਕਾਲਜ ਦੇ ਪ੍ਰੋਫੈਸਰਸ ਨੂੰ, ਆਪ ਸਭ ਦੀ ਬਹੁਤ ਵੱਡੀ ਭੂਮਿਕਾ। ਤੁਹਾਡੇ ਕੋਲ ਪੰਜਾਬ ਦਾ ਹਰ ਇੱਕ ਪੌਦਾ ਬੱਚੇ ਦੇ ਰੂਪ 'ਚ, ਅੱਜ ਤੁਸੀਂ ਉਸਨੂੰ ਆਕਾਰ ਦੇ ਸਕਦੇ ਹੋ। ਸਾਡੇ ਮੁਲਕ ਦੀਆਂ, ਸਾਡੇ ਪੰਜਾਬ ਦੀਆਂ ਜੋ ਵੀ ਸਮੱਸਿਆਵਾਂ ਨੇ, ਚਾਹੇ ਨਸ਼ਾ, ਚਾਹੇ ਇੱਕ ਚੰਗਾ ਨਾਗਰਿਕ ਬਣਨਾ, ਚਾਹੇ ਜੋ ਅੱਜ ਦੇਖ ਰਹੇ ਹਾਂ ਸਮਾਜਿਕ ਕੁਰੀਤੀਆਂ ਆ ਰਹੀਆਂ, ਅਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਛੱਡ ਗਏ ਹਾਂ, ਅਸੀਂ ਜੋ ਵੀ ਸਮਾਜਿਕ ਕੁਰੀਤੀਆਂ, ਉਹ ਸਾਰੀਆਂ ਦੂਰ ਕਰਨ ਦੀ ਜ਼ਿੰਮੇਦਾਰੀ ਮੈਂ ਸਮਝਦਾ ਸਾਡੇ ਉੱਤੇ ਹੈ, ਸਾਡੇ ਅਧਿਆਪਕਾਂ ਦੇ ਉੱਤੇ ਹੈ, ਕਿਉਂਕਿ ਮੈਂ ਆਪਣੇ ਆਪ ਨੂੰ ਹਮੇਸ਼ਾ ਤੁਹਾਡੀ ਟੀਮ ਦਾ ਹਿੱਸਾ ਸਮਝਦਾ। ਤਾਂ ਮੈਨੂੰ ਆਸ ਹੈ ਕਿ ਆਪਾਂ ਜਿੱਥੇ ਪਿਛਲੇ 2.5 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆਪਾਂ ਇਸ ਮਹਿਕਮੇ 'ਚ ਲੈ ਕੇ ਆਏ ਹਾਂ, ਉੱਥੇ ਜਿਹੜੀ ਵੱਡੀ ਭੂਮਿਕਾ ਕਿ ਕਿਵੇਂ ਆਪਾਂ ਇੱਕ ਚੰਗਾ ਨਾਗਰਿਕ ਸਿਰਜੀਏ, ਕਿਵੇਂ ਆਪਾਂ ਇੱਕ ਚੰਗਾ ਪੰਜਾਬੀ ਸਿਰਜੀਏ, ਉਹ ਆਪਣੇ ਸਾਰਿਆਂ ਦੇ ਉੱਤੇ, ਆਪਾਂ ਹੁਣ ਉਸ ਦੇ ਵੱਲ ਜ਼ੋਰ ਦੇਣਾ। ਅਤੇ ਨਾਲ ਹੀ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਕਿ CM ਸਾਹਿਬ ਇਸ ਸਾਲ ਜੋ ਸਾਨੂੰ ਤੁਹਾਨੂੰ ਟਾਰਗੇਟ ਦਿੱਤਾ ਗਿਆ ਸੀ, ਸਾਰੇ ਮਹਿਕਮਿਆਂ ਨੂੰ ਅਤੇ ਹਰ ਪੂਰੇ ਪੰਜਾਬ ਨੂੰ ਰੁੱਖਾਰਪਣ ਕਰਨ ਦਾ, ਪੌਦੇ ਲਗਾਉਣ ਦਾ, ਸਕੂਲ ਸਿੱਖਿਆ ਵਿਭਾਗ ਨੇ ਜੀ ਸਭ ਤੋਂ ਵੱਧ ਮੋਹਰੀ ਹੋ ਕੇ ਜੀ 11 ਲੱਖ ਬੂਟੇ ਤੇ ਹਜੇ ਵੀ ਲੱਗ ਰਹੇ ਆ। ਇਸ ਗੱਲ ਦਾ ਮਾਣ ਹੈ ਸਾਡੇ ਸਕੂਲਾਂ ਦੇ ਵਿੱਚ ਉਹ ਲੱਗ ਰਹੇ। ਸਰ ਆਪ ਜੀ ਦੀ ਰਹਿਨੁਮਾਈ ਦੇ ਹੇਠ ਮੈਂ 2-3 ਮਿੰਟ ਹੋਰ ਦੇ ਵਿੱਚ ਉਹ ਕੰਮ ਮੈਂ ਆਖਾਂ ਇਸ ਮੰਚ ਤੋਂ ਉੱਤੇ ਕਿ ਅਸੀਂ ਸਾਰੇ ਸਕੂਲ ਠੀਕ ਕਰਤੇ ਨਹੀਂ, 20,000 ਸਕੂਲ ਹੈ, 70 ਸਾਲਾਂ ਦੇ ਵਿੱਚ 4 ਦੀਵਾਰੀ ਨਹੀਂ ਬਣੀ, 20,000 ਸਕੂਲ ਹੈ ਪੰਜਾਬ 'ਚ, 28 ਲੱਖ ਬੱਚਾ ਪੜ੍ਹਦਾ, ਪਰ ਪਿਛਲੇ 2-2.5 ਸਾਲਾਂ ਦੇ ਵਿੱਚ ਉਹ ਹੋਇਆ ਕੰਮ ਜੋ ਕਦੀ ਵੀ ਨਹੀਂ ਹੋਇਆ ਸੀ ਸਾਡੇ ਕੋਲ। ਜਿਸ ਦਿਨ ਮੈਂ ਮਹਿਕਮਾ ਸਾਂਭਿਆ, 20,000 ਸਕੂਲਾਂ ਦੇ ਵਿੱਚੋਂ 8,000 ਸਕੂਲ ਐਸੇ ਸੀ ਜਿੱਥੇ 4 ਦੀਵਾਰੀ ਨਹੀਂ ਸੀ, 4 ਦੀਵਾਰੀ। ਕਲਪਨਾ ਕਰਕੇ ਦੇਖੋ ਕਿ ਕਿਵੇਂ ਇੱਕ ਟੀਚਰ ਤੋਂ ਅਸੀਂ 75-77 ਸਾਲ ਦੀ ਆਜ਼ਾਦੀ ਤੋਂ ਬਾਅਦ, ਸਰ ਪਿਛਲੇ 2.5 ਸਾਲਾਂ ਦੇ ਵਿੱਚ ਰਿਕਾਰਡ ਕੰਮ, ਦੇਸ਼ ਕਦੀ ਸਕੂਲਾਂ ਦੇ ਵਿੱਚ ਇੰਨਾ ਕੰਮ ਨਹੀਂ ਹੋਊਗਾ, 8,000 ਸਕੂਲਾਂ 'ਚ 4 ਦੀਵਾਰੀ ਜਿਹਦੀ ਰਨਿੰਗ ਲੈਂਥ 1400 ਕਿਲੋਮੀਟਰ ਤੋਂ ਵੱਧ ਬਣਦੀ ਹੈ। ਸਰ ਜੇ ਸਿੱਧੀ ਦੀਵਾਰ ਬਣਾ ਦਈਏ ਤਾਂ 1400 ਕਿਲੋਮੀਟਰ ਲੰਬੀ ਬਾਉਂਡਰੀ ਵਾਲ ਸਰ, ਕਲਾਸਰੂਮਸ ਸਰ, ਰਿਕਾਰਡ ਕਲਾਸਰੂਮਸ। ਸਰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਲਗਭਗ 200 ਸਕੂਲ ਇੱਦਾਂ ਦੇ ਨੇ ਜਿੱਥੇ ਪ੍ਰਾਈਵੇਟ ਸਕੂਲਾਂ ਦੇ ਵਾਂਗ ਸਰ ਪੀਲੇ ਰੰਗ ਦੀ ਬੱਸ, ਜੋ ਆਪ ਜੀ ਦਾ ਸੁਪਨਾ ਸੀ ਸਰ, ਉਹ 118 ਸਕੂਲ ਆਫ ਐਮੀਨੈਂਸ ਅਤੇ ਪਲੱਸ ਕੁੜੀਆਂ ਦੇ ਸਕੂਲ, ਅੱਜ ਉਹ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ ਸਰ। 5,000 ਤੋਂ ਵੱਧ ਬੱਚੇ ਸਾਡੇ ਸਰਕਾਰੀ ਬਿਲਕੁਲ ਫ੍ਰੀ ਜਿਹੜੀ ਬੱਸ ਸੁਵਿਧਾ ਦਾ ਲਾਭ ਲੈ ਰਿਹਾ ਸਰ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੰਨੇ ਵੀ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੇ 500 ਤੋਂ ਵੱਧ ਬੱਚੇ ਆ, ਜਿੱਥੇ ਸਿਕਿਉਰਿਟੀ ਗਾਰਡ ਹੈ, ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ 'ਚ ਸਿਕਿਉਰਿਟੀ ਗਾਰਡ ਆ ਸਕਦਾ ਸਰ। ਅੱਜ ਪੰਜਾਬ ਦੇ ਜਿੰਨੇ ਵੀ ਸੀਨੀਅਰ ਸੈਕੰਡਰੀ ਸਕੂਲ ਹੈ ਉਹਨਾਂ ਦੇ ਵਿੱਚ ਸਰ ਆਪ ਜੀ ਦੀ ਰਹਿਨੁਮਾਈ ਹੇਠ ਕੈਂਪਸ ਮੈਨੇਜਰ ਨੇ, ਅੱਗੇ ਸਾਡੇ ਟੀਚਰ ਸਾਹਿਬਾਨਾਂ ਨੂੰ ਹੀ ਸਾਰਾ ਕੰਮ ਕਰਨਾ ਪੈਂਦਾ ਸੀ, ਹੁਣ ਕੈਂਪਸ ਮੈਨੇਜਰ ਹੈ ਸਰ ਸਾਰੇ 2,000 ਸਕੂਲਾਂ ਦੇ ਵਿੱਚ, ਜਿਨ੍ਹਾਂ ਦਾ ਸਿਰਫ ਇਕਲੌਤਾ ਕੰਮ ਇਹ ਹੈ ਕਿ ਸਕੂਲ ਦੀ, ਕਲਾਸਰੂਮ ਦੀ, ਪਲੇਗਰਾਊਂਡ ਦੀ ਦੇਖਭਾਲ ਕਰਨਾ ਸਰ। ਸਰ ਕਲਪਨਾ ਕਰਕੇ ਦੇਖੋ ਕਿਸੇ ਇੱਕ ਸਕੂਲ ਦੇ ਵਿੱਚ ਸਫਾਈ ਅਤੇ ਸਕੂਲ ਨੂੰ ਸਾਫ਼ ਰੱਖਣ ਲਈ 1 ਰੁਪਏ ਦਾ ਫੰਡ ਨਹੀਂ ਸੀ ਸਰ। ਸਰ ਅੱਜ ਪੰਜਾਬ ਦਾ ਹਰ ਇੱਕੋ ਸਕੂਲ ਜਿੱਥੇ 100 ਤੋਂ ਵੱਧ ਬੱਚੇ ਪੜ੍ਹਦੇ ਆ ਉਸਨੂੰ 3,000 ਰੁਪਏ ਮਹੀਨਾ ਮਿਲਦਾ ਸਕੂਲ ਦੀ ਸਾਂਭ ਅਤੇ ਸੰਭਾਲ ਦੇ ਲਈ, ਜਿੱਥੇ ਬੱਚੇ ਸਰ 500 ਤੋਂ ਵੱਧ ਹੈ ਉੱਥੇ 5,000, ਜਿੱਥੇ ਬੱਚੇ 1,000 ਤੋਂ ਵੱਧ ਹੈ ਉੱਥੇ 10,000।
ਤੇ ਏਦਾਂ ਦੇ ਸਕੂਲ ਵੀ ਹੈ ਜਿਹਨਾਂ ਨੂੰ ਸਰ 50,000 ਪ੍ਰਤੀ ਮਹੀਨਾ ਮਿਲ ਰਿਹਾ ਸਕੂਲ ਦੀ ਰੱਖ ਰਖਾਲ ਲਈ, ਜਦੋਂ ਪਹਿਲਾਂ ਇੱਕ ਵੀ ਪੈਸਾ ਨਹੀਂ ਮਿਲਦਾ। ਇਸ ਤੋਂ ਇਲਾਵਾ ਸਰ ਸਰਕਾਰੀ ਸਕੂਲਾਂ 'ਚ ਵਾਈਫਾਈ, ਸਾਡਾ ਟੀਚਰ ਪੰਜਾਬ ਉਹ ਪਹਿਲੀ ਸੂਬਾ ਬਣਨ ਜਾ ਰਿਹਾ ਜਿਸਦਾ ਹਰ ਇੱਕ ਸਕੂਲ ਵਾਈਫਾਈ ਨਾਲ ਲੈਸ ਹੋਊਗਾ। ਸਰ ਅਸੀਂ ਅੱਜ ਈ ਐਡੂਕੇਸ਼ਨ ਦੀ ਗੱਲ ਕਰਦੇ ਹਾਂ, ਉਹ ਕਿੱਦਾਂ ਮੁਮਕਿਨ ਹੋਊਗਾ? ਸਾਡੇ ਬਾਰਡਰ ਦੇ ਸਕੂਲ ਨੇ, ਸਾਡੇ ਸਰ ਇੱਧਰ ਕੰਢੀ ਏਰੀਏ ਦੇ ਸਕੂਲ ਹੈ ਜਿੱਥੇ ਰੇਂਜ ਹੀ ਨਹੀਂ ਸੀ ਮੋਬਾਈਲਾਂ ਦੇ ਨਾਲ, ਅਸੀਂ ਪੜ੍ਹਾਈ ਕਿੱਥੋਂ ਈ ਐਡੂਕੇਸ਼ਨ ਦੀ ਗੱਲ ਕਰਾਂਗੇ? ਤਾਂ ਪੰਜਾਬ ਸਰ ਪਹਿਲਾ ਸੂਬਾ ਬਣਨ ਜਾ ਰਿਹਾ ਜਿਸਦੇ ਸਾਰੇ ਸਕੂਲ ਵਾਈਫਾਈ। ਇਸ ਤੋਂ ਇਲਾਵਾ ਸਰ ਟੀਚਰਸ ਦੀ ਗੱਲ ਕਰਾਂ, 12,710 ਤੋਂ ਵੱਧ ਟੀਚਰਸ ਨੂੰ ਸਰ ਆਪ ਜੀ ਨੇ ਉਹਨਾਂ ਦਾ ਜੀਵਨ ਬਦਲਿਆ, ਅੱਜ ਉਹਨਾਂ ਨੂੰ ਮਾਣ ਹੈ। ਇਕੱਲੀ ਤਨਖਾਹਾਂ 'ਚ ਵਾਧੇ, ਹੋਰ ਅਲਾਉਂਸਿਸ ਦੇ ਨਾਲ ਨਾਲ ਜੋ ਮਾਣ ਅਤੇ ਸਨਮਾਨ ਕਦੀ ਨਹੀਂ ਮਿਲਿਆ ਉਹ ਵੀ ਮਿਲੇ। ਇਸ ਦੇ ਨਾਲ ਹੀ ਮੈਂ ਇਹ ਵੀ ਦੱਸ ਦੇਵਾਂ, ਬਾਕੀ ਸਾਡੇ ਜੋ ਟੀਚਰਸ ਨੇ, ਚਾਹੇ ਉਹ ਮੈਰੀਟੋਰੀਅਸ ਸਕੂਲਾਂ ਦੇ ਨੇ, ਅਦਰਸ਼ ਸਕੂਲਾਂ ਦੇ ਨੇ, ਸਭ ਦਾ ਸਤਿਕਾਰ ਹੈ ਆਉਣ ਵਾਲੇ ਸਮੇਂ 'ਚ ਸਾਰਿਆਂ ਦਾ। ਇਹ ਬਤੌਰ ਸਿੱਖਿਆ ਮੰਤਰੀ ਮੇਰਾ ਭਰੋਸਾ ਸਭ ਦਾ, ਅਸੀਂ ਜੋ ਜੋ ਹੈ ਉਹ ਇਸ਼ੂਜ਼ ਨੂੰ ਐਡਰੈਸ ਕਰਾਂਗੇ। ਨਾਲ ਹੀ ਸਰ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ 10,116 ਟੀਚਰਸ ਸਰ ਆਪ ਨਵੇਂ ਜਿਹੜੇ ਆ ਭਰਤੀ ਹੋਏ ਆ ਸਰ, ਜੋ ਆਪ ਜੀ ਦਾ 45,000 ਤੋਂ, ਉਹਨਾਂ ਵਿੱਚੋਂ ਸਰ ਮੈਕਸੀਮਮ ਸਿੱਖਿਆ ਮਹਿਕਮੇ 'ਚ ਹੈ, ਅਤੇ ਹਜ਼ਾਰਾਂ ਦੀ ਜਿਹੜੀ ਭਰਤੀ ਹੈ ਸਰ ਉਹ ਰੈਡੀ ਹੈ। ਲਗਭਗ ਇਸੇ ਮਹੀਨੇ ਹੋਰ ਹਜ਼ਾਰਾਂ ਟੀਚਰ, ਜੋ ਮੈਂ ਪਿਛਲੇ ਸੈਸ਼ਨ 'ਚ ਆਖਿਆ ਸੀ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿਸਦਾ ਇੱਕ ਵੀ ਸਕੂਲ ਟੀਚਰਲੈਸ ਜਾਂ ਸਿੰਗਲ ਟੀਚਰ ਨਹੀਂ ਹੋਊਗਾ, ਅਸੀਂ ਅਗਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਇਹ ਜਿਹੜਾ ਟੀਚਰ ਉਹ ਪੂਰਾ ਕਰਨ ਜਾ ਰਹੇ ਹਾਂ। ਸਰ ਪ੍ਰਮੋਸ਼ਨਸ, ਸਰ ਇਹ ਮੇਰੇ ਅਧਿਆਪਕ ਬੈਠੇ ਆ ਅਤੇ ਮੀਡੀਆ ਵੀ ਬੈਠਾ, ਕੋਈ ਵੀ ਗੱਲ ਅਗਰ ਆਖਾਂਗਾ ਇਹ ਜਿਹੜੀ ਫੈਕਟ ਤੋਂ ਇਲਾਵਾ ਹੋਊਗੀ ਉਹਦਾ ਆਪਣੇ ਆਪ ਹੀ ਖੰਡਨ ਹੋ ਜੂਗਾ। ਪਹਿਲੀ ਵਾਰੀ ਸਰ ਜਿੰਨੇ ਪ੍ਰਿੰਸੀਪਲ ਸਾਹਿਬਾਨ ਨੇ ਮੈਨੂੰ ਦੱਸਦੇ, ਕਹਿੰਦੇ 30-30 ਸਾਲ ਦੀ ਸਰਵਿਸ ਹੋਊਗੀ। ਸਰ ਆਪ ਜੀ ਨੇ ਦਿਸ਼ਾ ਨਿਰਦੇਸ਼ ਦਿੱਤੇ ਸੀ ਹਰ ਮਹਿਕਮੇ ਨੂੰ ਕਿ ਰਿਕਾਰਡ ਪ੍ਰਮੋਸ਼ਨਸ ਕੀਤੀਆਂ ਜਾਣ। ਸਰ ਫੋਰ ਦਾ ਫਸਟ ਟਾਈਮ, ਪਹਿਲੀ ਵਾਰੀ ਇਹ ਕਹਿੰਦੇ ਅਸੀਂ ਆਪਣੇ ਜੀਵਨ 'ਚ ਦੇਖਿਆ, ਪ੍ਰਿੰਸੀਪਲਸ ਤੋਂ DOE ਦੀ ਪ੍ਰਮੋਸ਼ਨ ਹੋਈ ਪਿਛਲੇ 30-40 ਸਾਲਾਂ ਦੇ ਵਿੱਚ, ਅੱਜ ਤੱਕ ਕਦੀ ਨਹੀਂ ਹੋਈ ਸੀ ਸਰ ਉਹ ਆਪ ਜੀ ਦੀ ਸਰਕਾਰ ਦੇ ਵਿੱਚ। ਹੁਣ ਉਸੇ ਤਰੀਕੇ ਨਾਲ ਸਰ ਲੈਕਚਰ ਕੈਡਰ ਤੋਂ ਪ੍ਰਿੰਸੀਪਲ, ਮਾਸਟਰ ਕੈਡਰ ਤੋਂ ਲੈਕਚਰਰ, ਅਤੇ ETT ਤੋਂ ਮਾਸਟਰ ਕੈਡਰ, ਸਰ ਇੱਦਾਂ ਦੇ ਟੀਚਰਸ ਮਿਲੇ ਜਿਹੜੇ ਕਹਿੰਦੇ 97 'ਚ ਭਰਤੀ ਹੋਏ ਸੀ ਜੀ, 24 ਆ ਗਿਆ ਅੱਜ ਤੱਕ, ਉਸ ਸਾਰੇ ਉਮਰ 'ਚ ਇੱਕ ਵੀ ਪ੍ਰਮੋਸ਼ਨ ਨਹੀਂ। ਰਿਕਾਰਡ ਪ੍ਰਮੋਸ਼ਨਸ ਵੀ ਜੀ ਆਪ ਜੀ ਦੀ ਰਹਿਨੁਮਾਈ ਦੇ ਹੇਠ। ਮੈਂ ਅੰਤ ਦੇ ਵਿੱਚ ਆਪਣੇ ਜਾਣੀਏ ਜਿੰਨੇ ਕੰਮ ਗਿਣਾਏ, ਇਹ ਸਾਡੇ ਸਾਰੇ ਆਫਿਸਰ ਸਾਹਿਬਾਨ, ਸਾਡੇ ਸੈਕਟਰੀ ਸਾਹਿਬਾਨ, ਸਾਡੇ ਸਪੈਸ਼ਲ ਸੈਕਟਰੀ ਸਾਹਿਬਾਨ, DGSE ਸਾਹਿਬਾਨ, ਮੇਰੇ ਦੋਨੋਂ ਡਾਇਰੈਕਟਰ ਸਾਹਿਬਾਨ, ਅਤੇ ਪੂਰੀ ਸਿੱਖਿਆ ਮਹਿਕਮੇ ਦੀ ਹੈੱਡਕੁਆਰਟਰ ਦੀ ਟੀਮ, ਅਤੇ ਪੰਜਾਬ ਦੇ ਵਿੱਚ ਲਗਭਗ 1.25 ਲੱਖ ਤੋਂ 1.5 ਲੱਖ ਮੁਲਾਜ਼ਮ, ਹਾਫ ਸਾਡੇ ਸਾਰਿਆਂ ਦੀ, ਸਭ ਦੀ ਇਹ ਕਾਮਯਾਬੀ ਹੈ। ਅਸੀਂ ਕਾਫੀ ਕੁਛ ਹਾਸਿਲ ਕੀਤਾ ਹੈ, ਹਜੇ ਮੰਜ਼ਿਲ ਬਹੁਤ ਦੂਰ ਹੈ। ਪੰਜਾਬ ਦੇ ਹਰ ਇੱਕ ਪਿੰਡ ਦਾ, ਹਰ ਇੱਕ ਸਕੂਲ ਆਪਾਂ ਠੀਕ ਕਰਨਾ ਹੈ, ਅਤੇ ਮੈਂ ਆਸ ਕਰਦਾ ਕਿ ਅਗਲੇ 5 ਸਤੰਬਰ ਨੂੰ ਆਪਾਂ ਜਿਹੜਾ ਇਹ ਸਮਾਗਮ ਹੈ ਹੋਰ ਸ਼ਾਨੋ ਸ਼ੌਕਤ ਦੇ ਨਾਲ, ਅਤੇ ਜਿਹੜੀਆਂ ਆਪਣੀਆਂ ਉਪਲਬਧੀਆਂ ਉਹਦੀ ਜਿਹੜੀ ਲਿਸਟ ਹੈ ਹੋਰ ਲੰਬੀ ਹੋਊਗੀ। ਆਪ ਸਭ ਨੂੰ ਇੱਕ ਵਾਰੀ ਦੁਬਾਰਾ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ